ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਅੰਦੋਲਨ ਅਜੇ ਦਿੱਲੀ ਪਹੁੰਚਿਆ ਨਹੀਂ, ਪਰ ਸਰਕਾਰ ਪੰਜਾਬ ਪਹੁੰਚ ਗਈ। ਕਿਸਾਨ ਅੰਦੋਲਨ ਦਿੱਲੀ ਨਾ ਅੱਪੜ ਜਾਵੇ, ਇਸ ਡਰ ਨੇ ਦਿੱਲੀ ਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਣ ਲਈ ਮਜਬੂਰ ਕੀਤਾ। ਇੱਕ ਪਾਸੇ SKM ਗੈਰ ਰਾਜਨੀਤਿਕ ਧਿਰਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ, MSP ਸਣੇ ਹੋਰ ਮੁੱਖ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਸੀ, ਜਿਹਦੇ ਵਿੱਚ ਹਰਿਆਣੇ ਦੀਆਂ ਕੁਝ ਜਥੇਬੰਦੀਆਂ ਵੀ ਸ਼ਾਮਲ ਸੀ। ਇਸ SKM ਗੈਰ ਰਾਜਨੀਤਿਕ ਦੇ ਵਿੱਚ ਡੱਲੇਵਾਲ ਵਾਲੀ ਧਿਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂ ਪੰਦੇਰ ਵਾਲੀ ਧਿਰ ਅਤੇ ਕੁਝ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਕਿ 13 ਫਰਵਰੀ ਨੂੰ ਦਿੱਲੀ ਜਾਵਾਂਗੇ ਅਤੇ ਦਿੱਲੀ ਦੇ ਵਿੱਚ ਮੁੜ ਕੇ ਪੱਕਾ ਮੋਰਚਾ ਲਾਵਾਂਗੇ। ਅਤੇ ਕਹਿੰਦੇ ਜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਕਿ ਨਾਕਿਆਂ ਦੀ ਤਿਆਰੀ ਕਰੋ, ਰੋਕਾਂ ਦੀ ਤਿਆਰੀ ਕਰੋ। ਸ਼ੰਭੂ ਬਾਰਡਰ 'ਤੇ ਬਕਾਇਦਾ ਪੁਲਿਸ ਟੁਕੜੀਆਂ ਨੇ ਰਿਹਰਸਲ ਕੀਤੀ ਕਿ ਜੇ ਟਰੈਕਟਰ ਟਰੈਲੀਆਂ ਆਉਂਦੀਆਂ ਕਿਵੇਂ ਰੋਕਣੀਆਂ। ਤਾਰਾਂ ਆ ਗਈਆਂ, ਸਮਿੰਟ ਦੀਆਂ ਦੀਵਾਰਾਂ ਆ ਗਈਆਂ, ਖੰਭੇ ਆ ਗਏ, ਬੈਰੀਗੇਟ ਆ ਗਏ ਅਤੇ ਪੁਲਿਸ ਦੀਆਂ ਟੁਕੜੀਆਂ ਰਿਹਰਸਲ ਕਰਦੀਆਂ ਨਜ਼ਰ ਆਈਆਂ। ਹੋਰ ਛੱਡੋ, ਕਹਿੰਦੇ ਪਿਛਲੀ ਵਾਰ ਘੱਗਰ 'ਚੋਂ ਲੰਘ ਗਏ ਸੀ ਕਿਸਾਨ, ਟਰੈਕਟਰ ਟਰੈਲੀਆਂ ਘੱਗਰ 'ਚੋਂ ਲੰਘ ਗਈਆਂ ਸੀ, ਇਸ ਲਈ ਇੱਕ ਕਿਸ਼ਤੀਆਂ ਰਾਹੀਂ ਪੁਲਿਸ ਘੱਗਰ 'ਚ ਵੜ ਕੇ ਵੀ ਰੋਕੂਗੀ। ਕਹਿੰਦੇ ਜੀ ਪੂਰੀ ਤਿਆਰੀ ਹੈ। ਹਰਿਆਣੇ ਦੇ DGP, ਹਰਿਆਣੇ ਦੇ ਗ੍ਰਹਿ ਮੰਤਰੀ ਵਿੱਚ ਕਹਿੰਦੇ ਦਿੱਲੀ ਨਹੀਂ ਜਾਣ ਦਿੰਦੇ, ਰੋਕ ਲਿਆਂਗੇ, ਪੂਰੀ ਤਿਆਰੀ ਕਰਾਂਗੇ। ਉੱਧਰ ਹਰਿਆਣਾ ਦੇ ਰਾਜਸਥਾਨ ਵਾਲਾ ਬਾਰਡਰ, UP ਵਾਲਾ ਬਾਰਡਰ, ਪੰਜਾਬ ਵਾਲਾ ਬਾਰਡਰ, ਉੱਥੇ ਕਹਿੰਦੇ ਜੀ ਪੈਰਾਮਿਲਟਰੀ ਫੋਰਸ ਵੀ ਹਰਿਆਣਾ ਪੁਲਿਸ ਦੇ ਨਾਲ ਤੈਨਾਤ ਕਰਤੀ। ਉੱਧਰ ਹਰਿਆਣੇ ਨੂੰ ਇਹ ਹਦਾਇਤ ਕਿ ਅੰਦੋਲਨ ਜੇ ਆਉਂਦਾ ਤਾਂ ਰੋਕਣਾ ਹੋਊਗਾ, ਉੱਧਰ ਅੰਦੋਲਨ ਆਵੇ ਹੀ ਨਾ, ਇਸ ਦੇ ਲਈ ਮਨਾਉਣ ਸਮਝਾਉਣ ਦੇ ਲਈ 1 ਨਹੀਂ 2 ਨਹੀਂ 3 ਕੇਂਦਰੀ ਮੰਤਰੀ ਚੰਡੀਗੜ੍ਹ ਪਹੁੰਚ ਗਏ, ਬੈਠਕ ਕੀਤੀ। ਬਕਾਇਦਾ ਪਿਊਸ਼ ਗੋਇਲ ਜਿਹੜੇ ਪਹਿਲਾਂ ਵੀ ਸ਼ਾਮਿਲ ਹੁੰਦੇ ਰਹੇ ਨੇ ਦਿੱਲੀ ਜਦੋਂ ਕਿਸਾਨ ਅੰਦੋਲਨ ਸੀ ਉਸ ਬੈਠਕਾਂ ਦੇ ਵਿੱਚ, ਉਹਨਾਂ ਨਾਲ ਅਰਜੁਨ ਮੁੰਡਾ, ਨਿਤਿਆਨੰਦ ਰਾਏ, ਇਹ 3 ਮੰਤਰੀ ਆਏ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਵਿਚੋਲੀਏ ਦੀ ਭੂਮਿਕਾ ਨਿਭਾਈ ਅਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਸਾਨ ਜਥੇਬੰਦੀਆਂ ਨਾਲ ਬੈਠਕ ਕੀਤੀ ਸੀ, ਫਿਰ ਉਹਨਾਂ ਨੇ ਸਾਂਝੀ ਬੈਠਕ ਦਿੱਲੀ ਦੇ ਮੰਤਰੀਆਂ ਦੇ ਨਾਲ ਕੀਤੀ। ਅਤੇ ਪਿਊਸ਼ ਗੋਇਲ ਕਹਿੰਦੇ ਜੀ ਸਾਨੂੰ ਤਾਂ ਤੁਸੀਂ ਕਹੀ ਜਾਂਦੇ ਹੋ ਆਹ ਵਾਅਦਾ ਮੰਨੋ, ਆਹ ਵਾਅਦਾ ਮੰਨੋ, ਤੁਸੀਂ ਤਾਂ ਸਾਨੂੰ ਸਾਗ ਮੱਕੀ ਦੀ ਰੋਟੀ ਖਿਲਾਈ ਨਹੀਂ, ਤੁਸੀਂ ਤਾਂ ਇਹ ਵੀ ਵਾਅਦਾ ਕੀਤਾ ਸੀ ਕਿਸਾਨਾਂ ਨੂੰ, ਕਹਿੰਦੇ ਉਹਨਾਂ ਨੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਭਗਵੰਤ ਮਾਨ ਵੀ ਗੰਭੀਰ ਸੀ, ਕਿਸਾਨ ਜਥੇਬੰਦੀਆਂ ਵੀ ਗੰਭੀਰ ਸੀ। ਅਤੇ ਫਿਰ ਇਸ ਬੈਠਕ 'ਚੋਂ ਸਹਿਮਤੀ ਦੀਆਂ ਗੱਲਾਂ ਕੁਝ ਬਾਹਰ ਆਈਆਂ, ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਵੀ, ਪੰਜਾਬ ਸਰਕਾਰ ਦੇ ਹਵਾਲੇ ਨਾਲ ਵੀ, ਕੇਂਦਰ ਦੇ ਹਵਾਲੇ ਨਾਲ ਵੀ। ਕਹਿੰਦੇ ਜੀ ਕੁਛ ਗੱਲਾਂ 'ਚ ਸਹਿਮਤੀ ਬਣ ਗਈ, ਜਿਵੇਂ ਕਹਿੰਦੇ ਜੀ ਨਕਲੀ ਬੀਜ, ਨਕਲੀ ਦਵਾਈਆਂ, ਨਕਲੀ ਸਪਰੇ, ਇਹਨਾਂ ਨੂੰ ਜਿਹੜੀਆਂ ਕੰਪਨੀਆਂ ਪ੍ਰਮੋਟ ਕਰਦੀਆਂ ਵੇਚਦੀਆਂ ਉਹਨਾਂ 'ਤੇ ਪਰਚੇ ਵੀ ਦਰਜ ਹੋਣਗੇ, ਉਹਨਾਂ ਦੀ ਫੜੋ ਫੜੀ ਵੀ ਹੋਊਗੀ ਅਤੇ ਸਜ਼ਾ ਵੀ ਹੋਊਗੀ। ਲਖੀਮਪੁਰ ਖੀਰੀ ਕਿਸਾਨ ਅੰਦੋਲਨ ਦੌਰਾਨ ਜ਼ਖਮੀ ਪਰਿਵਾਰਾਂ ਨੂੰ 10-10 ਲੱਖ ਰਾਸ਼ੀ, ਸਹਾਇਤਾ ਰਾਸ਼ੀ ਪਹੁੰਚਾਉਣ ਦੇ ਲਈ ਕਹਿੰਦੇ ਜੀ ਯੋਗੀ ਨਾਲ ਰਾਬਤਾ ਕਾਇਮ ਹੋਊਗਾ ਅਤੇ ਉਹ ਰਾਸ਼ੀ ਜਲਦ ਮਿਲ ਜਾਊਗੀ। 3,000-4,000 ਕੇਸ ਜਿਹੜੇ ਅਜੇ ਵੀ ਅਦਾਲਤਾਂ ਦੇ ਵਿੱਚ ਭਟਕ ਰਹੇ ਨੇ ਕਿ ਉਹ ਵਾਪਸ ਨਹੀਂ ਅਜੇ ਪੂਰੀ ਤਰ੍ਹਾਂ, ਕਹਿੰਦੇ ਜੀ ਜਲਦੀ ਵਾਪਸ ਹੋ ਜਾਣਗੇ ਕਿਉਂਕਿ ਅਦਾਲਤੀ ਪ੍ਰਕਿਰਿਆ ਚੱਲ ਰਹੀ ਹੈ, ਅਸੀਂ ਅਦਾਲਤੀ ਪ੍ਰਕਿਰਿਆ ਦੇ ਰਾਹੀਂ ਵਾਪਸ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਛ ਕੇਸ ਵਾਪਸ ਹੋ ਗਏ, ਕੁਛ ਹੋ ਜਾਣਗੇ। ਕਹਿੰਦੇ ਜੀ ਇਹਦੇ ਪਰ ਸਹਿਮਤੀ ਬਣੀ, ਜੇ ਸਹਿਮਤੀ ਨਹੀਂ ਬਣੀ ਤਾਂ ਕਹਿੰਦੇ MSP ਨੂੰ ਲੈ ਕੇ ਸਹਿਮਤੀ ਨਹੀਂ ਬਣੀ, ਜੇ ਸਹਿਮਤੀ ਨਹੀਂ ਬਣੀ ਕਹਿੰਦੇ ਪਰਾਲੀ ਵਾਲੇ ਮਸਲੇ 'ਤੇ ਸਹਿਮਤੀ ਨਹੀਂ ਬਣੀ। ਇੱਥੋਂ ਤੱਕ ਜਾਣਕਾਰੀ 2-3 ਧਿਰਾਂ ਵੱਲੋਂ ਬਾਹਰ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਇਹਦਾ ਮਤਲਬ ਇਹ ਨਹੀਂ ਗਾ ਕਿ ਅੰਦੋਲਨ ਮੁਲਤਵੀ ਹੋ ਗਿਆ। ਜਦੋਂ ਇਹ ਪ੍ਰੋਗਰਾਮ ਤੁਹਾਡੇ ਲਈ ਰਿਕਾਰਡ ਕੀਤਾ ਜਾ ਰਿਹਾ ਤਦ ਤੱਕ ਅੰਦੋਲਨ ਦਿੱਲੀ ਜਾਣਾ ਤੈਅ ਆ। ਹਾਂ, ਅਚਾਨਕ ਉਹ ਪੱਖ ਮੰਨ ਲਿਆ ਜਾਵੇ, ਕੋਈ ਸਹਿਮਤੀ ਬਣ ਜਾਵੇ, ਵੱਖਰੀ ਗੱਲ ਹੈ, ਕਿਉਂਕਿ ਅਜੇ ਬੈਠਕ ਦਿੱਲੀ ਕਹਾਉਣੀ ਹੈ।
ਐਸ ਕੇ ਐਮ ਗੈਰ ਰਾਜਨੀਤਿਕ ਧਿਰ ਦੇ ਨੁਮਾਇੰਦਿਆਂ ਨੂੰ ਕਹਿੰਦੇ ਜੀ ਇੱਕ ਗੁਪਤ ਕਮੇਟੀ ਜਿਹੜੀ ਕਿਸੇ ਵੀ ਸਮੇਂ ਜਨਤਕ ਹੋ ਸਕਦੀ ਹੈ ਉਹਦੇ ਨਾਲ ਬੈਠਕ ਕਰਨ ਲਈ ਦਿੱਲੀ ਸੱਦਿਆ ਜਾ ਸਕਦਾ। ਹੁਣ ਇੱਥੋਂ ਤੱਕ ਤਾਂ ਖਬਰ ਸਾਰੀਆਂ ਧਿਰਾਂ ਨੇ ਦਿੱਤੀ ਕਿ ਹਾਂ ਭਾਈ ਸਾਡਾ ਇਹਨਾਂ ਨਾਲ ਗੱਲਾਂ 'ਤੇ ਸਮਝੌਤਾ ਹੋ ਗਿਆ, ਇਹਨਾਂ ਨਾਲ ਗੱਲਾਂ 'ਤੇ ਸਹਿਮਤੀ ਬਣ ਗਈ, ਆਹ ਗੱਲਾਂ 'ਤੇ ਅਜੇ ਨਹੀਂ ਬਣੀ ਪਰਾਲੀ ਜਾਂ MSP ਨੂੰ ਲੈ ਕੇ, ਇਸ ਲਈ ਸਾਡਾ ਦਿੱਲੀ ਕੂਚ ਦਾ ਐਲਾਨ ਅਜੇ ਬਰਕਰਾਰ ਹੈ। ਅਤੇ ਕਹਿੰਦੇ ਜੀ ਅਸੀਂ ਅਲਟੀਮੇਟਮ ਦਿੱਤਾ ਉਹਨਾਂ ਨੂੰ ਕਿ ਅੱਜ ਤੱਕ ਦੱਸੋ ਸਾਨੂੰ, ਪਰ ਪਤਾ ਇਹ ਲੱਗਿਆ ਕਿ ਜੀ ਖੇਤੀ ਵਿਭਾਗ, ਖੁਰਾਕ ਐਂਡ ਸਪਲਾਈ ਵਿਭਾਗ ਅਤੇ ਗ੍ਰਹਿ ਵਿਭਾਗ, ਇਹਨਾਂ ਤਿੰਨਾਂ ਵਿਭਾਗਾਂ ਦੇ ਕੇਂਦਰੀ ਸਕੱਤਰਾਂ ਦੀ ਜਾਂ ਇੱਕ ਕੋਈ ਹੋਰ ਵਿਭਾਗ ਵੀ ਹੋਊਗਾ, ਚਾਰ ਵਿਭਾਗਾਂ ਦੀ ਸ਼ਾਇਦ ਇੱਕ ਕਮੇਟੀ ਬਣ ਜਾ ਰਹੀ ਹੈ, ਜਿਹਦੇ ਵਿੱਚ ਬਕਾਇਦਾ ਤੌਰ 'ਤੇ ਮਤਲਬ ਪਾਵਰ ਵਿਭਾਗ, ਖੇਤੀਬਾੜੀ ਵਿਭਾਗ ਅਤੇ ਖੁਰਾਕ ਐਂਡ ਸਪਲਾਈ ਵਿਭਾਗ ਅਤੇ ਗ੍ਰਹਿ ਵਿਭਾਗ, ਇਹਨਾਂ ਚਾਰਾਂ ਵਿਭਾਗਾਂ ਦੇ ਜਿਹੜੇ ਵਿਭਾਗਾਂ ਦੇ ਸਕੱਤਰ ਨੇ ਉਹਨਾਂ ਦੀ ਇੱਕ ਕਮੇਟੀ ਬਣ ਰਹੀ ਹੈ। ਕਹਿੰਦੇ ਉਹਦਾ ਨੋਟੀਫਿਕੇਸ਼ਨ ਕਿਸੇ ਵੀ ਪਲ ਹੋ ਸਕਦਾ, ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਫਿਰ ਇਹ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਨੂੰ 11 ਜਾਂ 12 ਤਰੀਕ ਨੂੰ ਦਿੱਲੀ ਸੱਦਿਆ ਜਾ ਸਕਦਾ ਅਤੇ ਉੱਥੇ ਫਿਰ ਇਹਨਾਂ ਦੇ ਲਈ ਕੁਝ ਰਾਹਤ, ਕੁਝ ਐਲਾਨ ਕਿਸਾਨਾਂ ਲਈ, ਕੁਝ ਇਹਨਾਂ ਨੁਮਾਇੰਦਿਆਂ ਲਈ, ਕਿਉਂਕਿ ਐਸ ਕੇ ਐਮ ਗੈਰ ਰਾਜਨੀਤਿਕ ਦੇ ਵਿੱਚੋਂ ਵੀ ਕੁਝ ਧਿਰਾਂ ਕਹਿੰਦੇ ਰਾਜਨੀਤਿਕ ਇੱਛਾਵਾਂ ਪਾਲੀ ਬੈਠੀਆਂ ਨੇ ਅਤੇ ਉਹ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਹਵਾਲੇ ਨਹੀਂ ਹੋਈ ਕਿ ਉਹ ਕੇਂਦਰ ਦੇ ਹਵਾਲੇ ਨਾਲ ਪੂਰੀ ਕਰਨ ਦੀ ਕੋਸ਼ਿਸ਼ ਹੈ। ਐਸ ਕੇ ਐਮ ਜਦੋਂ ਸਮਝੌਤਾ ਕਰਕੇ ਦਿੱਲੀ ਤੋਂ ਆਉਂਦਾ ਹੈ, ਜਦੋਂ ਤਿੰਨ ਕਾਨੂੰਨ ਵਾਪਸ ਕਰਾਉਣ ਤੋਂ ਬਾਅਦ ਬਾਕੀ ਗੱਲਾਂ ਤਾਂ ਤੈਅ ਹੁੰਦੀਆਂ, ਕਿੱਥੇ ਗਿਆ ਪਰਾਲੀ ਵਾਲਾ ਮਸਲਾ, ਕਿੱਥੇ ਗਿਆ ਬਿਜਲੀ ਵਾਲਾ ਮਸਲਾ, ਕਿੱਥੇ ਗਿਆ MSP ਵਾਲਾ ਮਸਲਾ, ਕਿੱਥੇ ਗਏ ਉਹ ਪੂਰੇ ਪਰਚੇ ਰੱਦ ਕਰਾਉਣ ਵਾਲਾ ਮਸਲਾ, ਇਹ ਇਸ ਲਈ ਉਹਨਾਂ ਮਸਲਾਂ ਦੀ ਚਾਰਜੋਈ ਕਹਿੰਦੇ ਹੁਣ ਗੈਰ ਰਾਜਨੀਤਿਕ ਦਲ ਕਰ ਰਿਹਾ, ਪਰ ਉਹਦੇ ਵਿੱਚ ਇੱਕ MSP ਲੈ ਕੇ ਕਮੇਟੀ ਬਣਦਾ ਪਹਿਲੂ ਸੀ। ਉਸ ਕਮੇਟੀ ਦੇ ਵਿੱਚੋਂ ਐਸ ਕੇ ਐਮ ਨੇ ਆਪਣੇ ਨਾਂ ਇਸ ਲਈ ਬਾਹਰ ਕੀਤੇ, ਕਹਿੰਦੇ ਤੁਸੀਂ ਗਲਤ ਬੰਦੇ ਉਸ ਕਮੇਟੀ 'ਚ ਪਾਏ ਹੋਏ ਨੇ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਨੇ, ਜਿਹੜੇ ਕਾਨੂੰਨ ਘਾੜਿਆਂ ਵਾਲੇ ਨੇ, ਇਹ ਉਹ ਬੰਦੇ ਨੇ, ਉਹਨਾਂ ਨਾਲ ਸਾਡਾ ਕੀ ਕੰਮ। ਉਹ ਕਮੇਟੀ ਨੂੰ ਮੁੜ ਕੇ ਬਹਾਲ ਕੀਤਾ ਜਾ ਸਕਦਾ ਅਤੇ ਉਸ ਕਮੇਟੀ ਦੇ ਵਿੱਚ ਕੁਝ ਨਾਮ ਇਸ ਜਥੇਬੰਦੀਆਂ 'ਚੋਂ ਵੀ ਹੋ ਸਕਦੇ ਨੇ, ਇੱਥੇ ਆ ਕੇ ਵੀ ਗੱਲ ਮੁੱਕ ਸਕਦੀ ਹੈ MSP ਵਾਲਾ ਪਹਿਲੂ, ਕਿਉਂਕਿ ਜਾਂਦੇ ਹੀ ਤਾਂ ਉਹਨਾਂ ਨੇ ਕਹਿ ਨਹੀਂ ਦੇਣਾ ਚੱਕੋ MSP। ਸੋ ਇਹ ਵੀ ਇੱਕ ਹਵਾਲਾ ਹੈਗਾ। ਸੋ ਇਸ ਲਈ ਕਿਸਾਨਾਂ ਦੀ ਦਿੱਲੀ ਤਿਆਰੀ ਪੂਰੀ ਹੈ ਜੀ, ਸਰਕਾਰ ਨੂੰ ਇਸ ਗੱਲ ਦੀ ਭਿਣਕ ਹੈ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਕਿ ਪਿੰਡਾਂ 'ਚ ਮਾਰਚ ਹੋ ਰਹੇ ਨੇ, ਬਾਰਡਰ ਖੇਤਰਾਂ ਦੇ ਵਿੱਚ ਵੀ ਤਿਆਰੀ ਹੈ, ਹਰਿਆਣੇ ਦੇ ਵਿੱਚ ਵੀ ਤਿਆਰੀ ਹੈ ਅਤੇ ਪੰਜਾਬ ਦੇ ਵਿੱਚੋਂ ਵੀ ਖਾਸੇ ਟਰੈਕਟਰ ਜਾ ਸਕਦੇ ਨੇ ਅੰਮ੍ਰਿਤਸਰ ਤੋਂ ਲੈ ਕੇ ਡੱਲੇ ਵਾਲੇ ਇਲਾਕੇ ਅਤੇ ਹੋਰ ਜਥੇਬੰਦੀਆਂ ਦੇ ਇਲਾਕਿਆਂ 'ਚੋਂ। ਸੋ ਇਸ ਨੇ ਸਰਕਾਰ ਨੂੰ ਚੁਕੰਨਿਆ ਕੀਤਾ, ਉਸ ਡਰ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਅਤੇ ਹੁਣ ਦਿੱਲੀ ਇੱਕ ਅਗਲੀ ਬੈਠਕ ਹੋ ਸਕਦੀ ਹੈ 13 ਤਰੀਕ ਤੋਂ ਪਹਿਲਾਂ ਅਤੇ ਜਥੇਬੰਦੀਆਂ ਨੂੰ ਪੰਜਾਬ 'ਚ ਹੀ ਦਿੱਲੀ ਆਉਣ ਤੋਂ ਰੋਕਣ ਦੀ ਤਿਆਰੀ ਹੈ, ਕਿਉਂਕਿ ਕੇਂਦਰ ਨੂੰ ਲੱਗਦਾ ਕਿ 2024 ਤੋਂ ਪਹਿਲਾਂ ਜੇਕਰ ਦਿੱਲੀ ਖੋਰ ਮੋਰਚਾ ਲੱਗਿਆ ਤਾਂ ਸਾਡੇ ਲਈ ਬਹੁਤ ਔਖਾ ਹੋ ਜਾਣਾ, ਸਾਡੇ ਲਈ ਜਵਾਬ ਦੇਣਾ ਔਖਾ ਹੋ ਜਾਣਾ। ਸੋ ਇਸ ਲਈ ਉਹ ਨਹੀਂ ਚਾਹੁੰਦੇ ਕਿ ਦਿੱਲੀ ਦੇ ਵਿੱਚ ਮੁੜ ਕੇ ਕਿਸਾਨ ਅੰਦੋਲਨ ਲੱਗੇ, ਅਤੇ ਇਸ ਲਈ ਉਹ ਹੁਣ ਦੁੱਧ ਦੇ ਫੁੱਕੇ ਲੱਸੀ ਨੂੰ ਫੁੱਕਾ ਮਾਰ ਰਹੇ ਨੇ ਅਤੇ ਕਿੰਨੇ ਕੁ ਵਿੱਚ ਸਫਲ ਹੁੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ। ਚਲੋ ਮਾਮਲਾ ਤਾਂ ਅਕਾਲੀ ਦਲ ਅਤੇ ਭਾਜਪਾ ਦਾ ਵੀ ਖਾਸਾ ਚਰਚਾ 'ਚ ਰਹਿੰਦਾ। ਅਕਾਲੀ ਦਲ ਅਤੇ ਭਾਜਪਾ ਗੱਠਜੋੜ ਹੋ ਗਿਆ ਜੀ। ਸਿੱਧੀ ਸਪਸ਼ਟ ਖਬਰ ਇਹ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਗਿਆ। ਜਿਹੜੇ ਹੁਣ ਤੱਕ ਸਿਰਫ ਇਹ ਡੀਕਦੇ ਸੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦਾ ਸਹੀ ਰੂਪ ਸਾਹਮਣੇ ਆ ਜਾਵੇ, ਹੋਣਾ ਜਾਂ ਨਹੀਂ ਹੋਣਾ, ਔਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮੁੱਦਾ ਅੱਜ ਦਾ ਪ੍ਰੋਗਰਾਮ ਦੇ ਵਿੱਚ ਲਗਾਤਾਰ ਇਹ ਗੱਲ ਕਰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹਾਈਕਮਾਂਡ ਵੱਲੋਂ ਤੈਅ ਆ, ਬਸ਼ਰਤੇ ਇੰਡੀਆ ਗੱਠਜੋੜ ਕਾਇਮ ਰਹਿ ਜਾਵੇ। ਜਿਸ ਕਦਰ ਇੰਡੀਆ ਗੱਠਜੋੜ ਬਿਖਰ ਰਿਹਾ ਉਹਦੇ ਵਿੱਚ ਇਸ ਗੱਠਜੋੜ ਨੂੰ ਲੈ ਕੇ ਪੰਜਾਬ ਦੀਆਂ ਦੋਵੇਂ ਧਿਰਾਂ ਦੀਆਂ ਇਕਾਈਆਂ ਪਹਿਲਾਂ ਵੀ ਸਹਿਮਤ ਨਹੀਂ ਸੀ, ਹਾਈਕਮਾਂਡ ਸਹਿਮਤ ਸੀ। ਸੋ ਹੁਣ ਜੇ ਗੱਠਜੋੜ ਵੀ ਬਿਖਰ ਗਿਆ
ਅਤੇ ਪੰਜਾਬ ਦੀਆਂ ਇਕਾਈਆਂ ਪਹਿਲਾਂ ਨਹੀਂ ਚਾਹੁੰਦੀਆਂ ਅਤੇ ਆਪ ਅਤੇ ਕਾਂਗਰਸ ਦਾ ਗੱਠਜੋੜ ਵਿਖਰ ਗਿਆ ਅਤੇ ਉਸ ਵਿਖਰਨ ਦੇ ਰੂਪ ਰੇਖਾ ਜਦੋਂ ਸਾਹਮਣੇ ਜਿਉਣ ਲੱਗੀ ਤਾਂ ਅਕਾਲੀ ਦਲ ਅਤੇ ਭਾਜਪਾ ਦਾ ਜਿਹੜਾ ਗੱਠਜੋੜ ਪਰਦੇ ਪਿੱਛੇ ਤੈਅ ਸੀ ਉਹ ਸਾਹਮਣੇ ਆਉਣ ਲੱਗਾ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਬਿਨਾਂ ਐਲਾਨ ਬਿਨਾਂ ਵਾਅਦੇ ਬਿਨਾਂ ਦਾਅਵੇ ਅਕਾਲੀ ਦਲ ਨੇ ਵੋਟ ਪਾਈ। ਇੱਕ ਐਮ ਸੀ ਸੀ ਉਹ ਵੀ ਭਾਜਪਾ ਨੂੰ ਪਾ ਕੇ ਆਇਆ, ਚਾਹੇ ਉਹਦੀ ਵੋਟ ਜਿੱਤ ਹਾਰ ਤੈਅ ਨਹੀਂ ਕਰਦੀ ਸੀ ਪਰ ਉਹ ਭਾਜਪਾ ਨੂੰ ਗਈ। ਉਸਨੇ ਸੰਕੇਤ ਦਿੱਤੇ ਕਿ ਗੱਠਜੋੜ ਹੋ ਗਿਆ, ਐਲਾਨ ਬਾਕੀ ਆ। ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ 'ਤੇ ਨਿਕਲੇ ਹੋਏ ਨੇ, ਮਾਝੇ 'ਚ ਉਹਨਾਂ ਨੂੰ ਠੀਕ ਠਾਕ ਰੁਝਾਨ ਵੀ ਮਿਲ ਰਿਹਾ, ਪਰ ਇਹ ਸਭ ਦੇ ਦਰਮਿਆਨ ਉਹ ਭਾਜਪਾ ਨਾਲ ਸਿੱਧੇ ਸੰਪਰਕ 'ਚ ਨੇ ਅਤੇ 2 ਤੋਂ 3 ਬੈਠਕਾਂ ਗੁਪਤ, ਵੱਡੀਆਂ ਬੈਠਕਾਂ, ਗੰਭੀਰ ਬੈਠਕਾਂ ਭਾਜਪਾ ਦੀ ਲੀਡਰਸ਼ਿਪ ਦੀ ਅਕਾਲੀ ਦਲ ਨਾਲ ਹੋ ਚੁੱਕੀਆਂ ਨੇ ਅਤੇ ਦਿਨਾਂ 'ਚ 7, 6 ਜਾਂ 8, 5 ਦੇ ਫਾਰਮੂਲੇ 'ਤੇ ਗੱਲ ਚੱਲ ਰਹੀ ਆ। ਔਰ ਇਸ ਹਵਾਲੇ ਨੇ ਨੇੜੇ ਲਿਆਉਂਦੇ ਆ 2020 ਦੇ ਵਿੱਚ 22 ਸਾਲਾਂ ਦਾ ਗੱਠਜੋੜ ਇਸ ਨਾਤੇ ਟੁੱਟਿਆ ਸੀ ਕਿਸਾਨੀ ਪਹਿਲੂ 'ਤੇ, ਅਤੇ ਹੁਣ ਸਿਆਸੀ ਲੋੜਾਂ ਦੋਵਾਂ ਨੂੰ ਨੇੜੇ ਲਿਆ ਰਹੀਆਂ। 7, 6 ਜਾਂ 8, 5 ਕਰਨ ਲਈ ਇਸ ਲਈ ਤਿਆਰ ਨੇ ਕਿਉਂਕਿ ਅੰਕੜੇ ਮੂਹਰੇ ਰੱਖਦੇ ਨੇ ਕਿ 2017 'ਚ ਸਾਡੀ ਸਰਕਾਰ ਵੀ ਨਹੀਂ ਬਣੀ, ਲੋਕ ਸਾਤੋਂ ਨਾਰਾਜ਼ ਨਿਰਾਸ਼ ਵੀ ਸੀ, ਪਰ ਤਾਂ ਵੀ ਅਕਾਲੀ ਦਲ ਨੂੰ 25% ਵੋਟ ਪਈ ਅਤੇ ਭਾਜਪਾ ਨੂੰ 5%। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ 25.2% ਵੋਟ ਲੈ ਗਿਆ ਸੀ, ਭਾਜਪਾ 5.4 ਲੈ ਗਈ ਸੀ, 30% ਤੋਂ ਵੱਧ ਵੋਟਾਂ ਲੈ ਗਈ ਸੀ ਦੋਨੇ ਧਿਰਾਂ। ਫਿਰ ਕਹਿੰਦੇ ਲੋਕ ਸਭਾ ਚੋਣ 2019 ਆਪਾਂ ਮਿਲ ਕੇ ਲੜੀ, 2-2 MP ਆਏ, 2 ਅਕਾਲੀ ਦਲ ਦੇ ਆਏ ਇੱਕੋ ਪਰਿਵਾਰ 'ਚੋਂ, 2 ਭਾਜਪਾ ਦੇ ਆਏ ਜਿਨ੍ਹਾਂ 'ਚ ਸੰਨੀ ਦਿਓਲ ਵੀ ਸੀਟ ਕੱਢ ਗਿਆ ਸੀ, ਸੋਮ ਪ੍ਰਕਾਸ਼ ਲੈ ਗਏ ਸੀ। ਸੋ ਉਸ ਸਮੇਂ ਅਕਾਲੀ ਦਲ ਨੂੰ 27.76% ਵੋਟ ਪਈ ਅਤੇ ਭਾਜਪਾ ਨੂੰ 9.74%। ਸੋ ਲਗਭਗ 37% ਤੋਂ ਵੱਧ ਵੋਟ ਉਸ ਸਮੇਂ ਦੋਵੇਂ ਧਿਰਾਂ ਮਿਲ ਕੇ ਲੈ ਗਈਆਂ, ਪਰ 2020 'ਚ ਅੱਡ ਹੋਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਦੋਵਾਂ ਨੇ। ਅਕਾਲੀ ਦਲ ਦੀ ਵੋਟ ਜਿਹੜੀ ਵਿਧਾਨ ਸਭਾ 'ਚ 25% ਸੀ, ਲੋਕ ਸਭਾ 'ਚ 27% ਸੀ, ਉਹ ਘੱਟ ਕੇ 18% 'ਤੇ ਆ ਗਈ, 18.38% ਆਈ 2022 ਦੀਆਂ ਵਿਧਾਨ ਸਭਾ ਚੋਣਾਂ 'ਚ। ਅਤੇ ਭਾਜਪਾ ਜਿਹੜੀ ਵਿਧਾਨ ਸਭਾ ਦੇ ਵਿੱਚ 5% ਸੀ, ਹੈ ਨਾ, ਅਤੇ ਲੋਕ ਸਭਾ ਦੇ ਵਿੱਚ 9% ਸੀ, ਉਹਦੀ ਵੋਟ 6.60% ਆਈ। ਅਗਲੇ ਕਹਿੰਦੇ ਵਿਧਾਨ ਸਭਾ ਦੇ ਹਿਸਾਬ ਨਾਲ ਸਾਡੀ ਵਧੀ ਹੋਆ, ਕੋਈ ਗੱਲ ਨਹੀਂ, ਇਕੱਲੇ ਲੜਕੇ ਵੀ ਅਕਾਲੀ ਦਲ ਦੀ ਘਟੀ, ਭਾਜਪਾ ਦੀ ਇਕੱਲਿਆਂ ਲੜਕੇ ਵੀ ਵਧੀ। ਅਤੇ ਇੱਥੇ ਭਾਜਪਾ ਫਿਰ ਬੜਾ ਭਰਾ ਬਣਨਾ, ਬੜਾ ਭਰਾ ਬਣਨਾ, ਉਹਦਾ ਰਾਗ ਵੀ ਰਾਪਣਾ ਸ਼ੁਰੂ ਹੋ ਗਿਆ। ਇੱਧਰ ਸਰਕਾਰ ਨਵੀਂ ਬਣ ਗਈ, ਮੁੱਖ ਮੰਤਰੀ ਸਾਹਿਬ ਨੇ ਆਪਣੇ ਲੋਕ ਸਭਾ ਹਲਕੇ ਦੀ ਲੋਕ ਸਭਾ ਸੀਟ ਤੋਂ ਅਸਤੀਫਾ ਦਿੱਤਾ, ਜ਼ਿਮਨੀ ਚੋਣ ਹੋਈ, ਨਾ ਆਪ ਜਿੱਤੀ, ਨਾ ਕਾਂਗਰਸ ਜਿੱਤੀ, ਨਾ ਅਕਾਲੀ ਦਲ ਜਿੱਤਿਆ, ਨਾ ਭਾਜਪਾ ਜਿੱਤੀ, ਸੀਟ ਜਿੱਤ ਕੇ ਸਿਮਰਜੀਤ ਸਿੰਘ ਮਾਨ। ਅਤੇ ਪਰ ਅੰਕੜੇ ਕੁਛ ਹੋਰ ਕਹਿਣ ਲੱਗ ਪਏ। ਸੰਗਰੂਰ ਦੇ ਵਿੱਚ, ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਪਈ 6.25% ਵੋਟ ਅਤੇ ਭਾਜਪਾ ਨੂੰ ਪਈ 9.33% ਵੋਟ, 6% ਵੋਟ ਅਤੇ 9% ਭਾਜਪਾ ਉੱਥੇ ਵੱਧ ਲੈ ਗਿਆ ਅਕਾਲੀ ਦਲ ਨਾਲੋਂ। ਅਤੇ ਫਿਰ ਆ ਗਈ ਜਲੰਧਰ ਵਾਲੀ ਜ਼ਿਮਨੀ ਚੋਣ, ਸੀਟ ਜਿੱਤੀ ਆਮ ਆਦਮੀ ਪਾਰਟੀ ਨੇ, ਅਕਾਲੀ ਦਲ ਨੂੰ ਪਈ 17.85% ਵੋਟ ਅਤੇ ਭਾਜਪਾ ਨੂੰ ਪਈ 15.19% ਵੋਟ। ਸੋ ਆ ਗੱਠਜੋੜ ਨੂੰ ਮਜਬੂਰ ਕੀਤਾ ਇਹਨਾਂ ਅੰਕੜਿਆਂ ਨੇ ਕਿ ਇਕੱਠਿਆਂ ਮਿਲ ਕੇ ਲੜ ਲਓ ਤਾਂ ਆਪਾਂ ਨੂੰ ਫਾਇਦਾ ਹੋ ਜੂਗਾ, 2 ਸੀਟਾਂ ਵੱਧ ਆ ਜਾਣਗੀਆਂ। ਪਤਾ ਲੱਗ ਰਿਹਾ ਕਿ ਭਾਜਪਾ ਇਸ ਨੁਕਤੇ 'ਤੇ ਵੀ ਹੈ ਕਿ ਠੀਕ ਹੈ, ਬੜਾ ਭਰਾ ਚਾਹੇ ਤੂੰ ਰਹਿ ਨਹੀਂ ਪਾਈ ਅਕਾਲੀ ਦਲ, ਸੀਟ 'ਚ 1 ਜਾਂ 2 ਵੱਧ ਛੱਡਾਂਗੇ, ਅਤੇ ਜੇ ਬਹੁਜਨ ਸਮਾਜ ਪਾਰਟੀ ਨੂੰ ਨਾਲ ਰੱਖਣਾ ਤਾਂ ਤੈਨੂੰ ਆਪਣੇ ਕੋਠੇ 'ਚੋਂ ਛੱਡਣੀ ਪੈਣੀ ਆ। ਇਸ ਲਈ ਅਕਾਲੀ ਦਲ ਚਾਹੁੰਦਾ ਕਿ 9 ਸੀਟਾਂ ਮੈਨੂੰ ਮਿਲਣ, 4 'ਤੇ ਭਾਜਪਾ ਲੜ ਲਵੇ ਤਾਂ ਕਿ ਅਸੀਂ ਆਪਣੇ 'ਚੋਂ 2 ਸੀਟਾਂ ਛੱਡ ਕੇ 7 'ਤੇ ਅਸੀਂ ਲੜ ਲਈਏ। ਪਰ ਭਾਜਪਾ ਕਹਿੰਦੇ 6 ਤੋਂ ਘੱਟ ਮੰਨਣ ਲਈ ਤਿਆਰ ਨਹੀਂ, ਫਾਰਮੂਲਾ 8-5 'ਤੇ ਜਾ ਕੇ ਵੀ ਨਿਬੜ ਸਕਦਾ, ਭਾਜਪਾ 7-6 'ਤੇ ਆਉਣ ਲਈ ਤਿਆਰ ਹੈ।
ਕਿ 7-6 ਕਰ ਲਓ, ਇੱਕ ਸੀਟ ਆਪਣੇ ਜੋ ਤੁਸੀਂ ਛੱਡ ਦਿਓ, 6-6 ਤੇ ਆਪਾਂ ਬਰਾਬਰ ਹੋ ਜਾਵਾਂਗੇ। ਪਰ ਅਕਾਲੀ ਦਲ ਕਹਿੰਦੇ 8-5 ਤੇ ਸਹਿਮਤ ਹੋ ਸਕਦਾ, ਅਤੇ ਭਾਜਪਾ ਵੀ ਇਸ ਫਾਰਮੂਲੇ 'ਤੇ ਆ ਸਕਦੀ ਹੈ। ਫਿਰ 8 ਦੇ ਵਿੱਚੋਂ 2 ਸੀਟਾਂ ਅਕਾਲੀ ਦਲ ਦੇ ਸਕਦਾ ਬਹੁਜਨ ਸਮਾਜ ਪਾਰਟੀ ਨੂੰ, 6 ਤੇ ਆਪ, 5 ਤੇ ਭਾਜਪਾ, 2 ਤੇ ਬਸਪਾ। ਸੋ ਇਸ ਲਈ ਇਹ ਗੱਠਜੋੜ ਲਗਭਗ ਤੈਅ ਹੈ। ਅਤੇ ਉੱਧਰ ਸੰਦੀਪ ਪਾਠਕ ਮੈਂ ਦੇਖ ਰਿਹਾ ਸੀ, ਕਹਿੰਦਾ ਇੰਡੀਆ ਗੱਠਜੋੜ ਦੀਆਂ ਬੈਠਕਾਂ ਕਰ ਕਰਕੇ ਥੱਕ ਗਏ ਜੀ, ਗੱਲਬਾਤ ਸਿਰੇ ਨਹੀਂ ਲੱਗਦੀ, ਪਰ ਅਸੀਂ ਤਾਂ ਵੀ ਅਜੇ ਤਾਲਮੇਲ 'ਚ ਹੈਗੇ ਹਾਂ। ਰਾਹੁਲ ਗਾਂਧੀ ਵੀ ਕਹਿੰਦਾ ਅਜੇ ਤਾਲਮੇਲ 'ਚ ਹੈਗੇ ਹਾਂ। ਸੋ ਉਹਨਾਂ ਦਾ ਤਾਲਮੇਲ ਬਣਨਾ ਜਾਂ ਨਹੀਂ ਬਣਨਾ, ਪਰ ਭਾਜਪਾ ਅਤੇ ਅਕਾਲੀ ਦਲ ਦਾ ਤਾਲਮੇਲ ਬਣ ਗਿਆ, ਜਿਹਦੇ ਗੱਠਜੋੜ ਦਾ ਐਲਾਨ ਕਿਸੇ ਵੀ ਪਲ ਹੋ ਸਕਦਾ। ਪਰ ਐਲਾਨ ਵਾਲੀ ਤਰੀਕ ਤਾਂ ਭਾਨਾ ਸਿੱਧੂ ਵਾਲੀ ਵੀ ਨੇੜੇ ਆ ਰਹੀ ਹੈ। 10 ਤਰੀਕ ਕਹਿੰਦੇ ਜੀ, 10 ਤਰੀਕ ਦਾ ਵਾਅਦਾ ਹੋਇਆ ਕਿ ਭਾਨਾ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਏਗਾ। ਅਜੇ ਭਾਨਾ ਸਿੱਧੂ ਦੀ ਰਿਹਾਈ ਨਹੀਂ ਹੁੰਦੀ ਕਿ ਉਹ ਤੋਂ ਪਹਿਲਾਂ ਭਾਨਾ ਸਿੱਧੂ ਦੇ ਬਾਪੂ ਦੇ ਉੱਤੇ, ਭਾਨਾ ਸਿੱਧੂ ਦੇ ਭਰਾ ਦੇ ਉੱਤੇ, ਭਾਨਾ ਸਿੱਧੂ ਦੀਆਂ ਭੈਣਾਂ ਦੇ ਉੱਤੇ, ਹੈਂ, ਭਾਨਾ ਸਿੱਧੂ ਦੇ ਸਮਰਥਕਾਂ ਦੇ ਉੱਤੇ, ਉਹਦੇ ਸਰਪੰਚ, ਪੰਚ ਦੇ ਲੱਖਾਂ ਸਧਾਣਾਂ ਦੇ ਉੱਤੇ ਪਰਚਾ ਦਰਜ ਹੋ ਜਾਂਦਾ ਪੁਲਿਸ ਟੁਕੜੀ 'ਤੇ ਟੈਂਪੂ ਚੜ੍ਹਾਉਣ ਦਾ, ਹਮਲਾ ਕਰਨ ਦਾ, ਬੱਸਾਂ ਭੰਨਣ ਦਾ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ। ਕਹਿੰਦੇ ਜੀ, ਜਿੱਦਣ ਸੰਗਰੂਰ ਧਰਨਾ ਲਾਉਣ ਆਏ ਸੀ ਟੋਲ ਪਲਾਜ਼ੇ ਦੇ ਉੱਤੇ, ਉੱਦਣ ਕਹਿੰਦੇ ਜੀ ਪੁਲਿਸ ਨਾਲ ਧੱਕਾਮੁੱਕੀ ਕੀਤੀ ਆ, ਇਸ ਲਈ ਇਹਨਾਂ ਸਾਰਿਆਂ 'ਤੇ ਪਰਚਾ ਬਣਦਾ ਜੀ। ਕਹਿੰਦੇ ਉਹ ਪਰਚਾ ਦਰਜ ਹੋ ਗਿਆ। ਹੁਣ ਪਰਚੇ ਦੇ ਹਵਾਲੇ ਜੇਕਰ ਗੱਲ ਕਰਨੀ ਹੋਵੇ ਤਾਂ ਬਕਾਇਦਾ ਥਾਣਾ ਇੰਚਾਰਜ ਦੀ ਸ਼ਿਕਾਇਤ 'ਤੇ ਹੀ ਥਾਣਾ ਇੰਚਾਰਜ ਵੱਲੋਂ ਪਰਚਾ ਦਰਜ ਕੀਤਾ ਗਿਆ। ਕਹਿੰਦੇ ਜੀ, ਥਾਣਾ ਧਨੌਲਾ ਦੇ ਇੰਚਾਰਜ ਨਿਰਮਲਜੀਤ ਸਿੰਘ ਵੱਲੋਂ ਦਰਜ ਕਰਾਇਆ ਗਿਆ। ਉਹਨਾਂ ਨੇ ਕਿਹਾ ਜੀ ਕਿ CA ਬਰਨਾਲਾ ਦੀ ਪੁਲਿਸ ਪਾਰਟੀ ਸਮੇਤ ਕਾਨੂੰਨ ਵਿਵਸਥਾ ਦੀ ਡਿਊਟੀ ਦੇ ਦੌਰਾਨ ਸਾਡੀ ਡਿਊਟੀ 'ਚ ਵਿਘਨ ਪਾਉਣ ਆ ਗਏ ਜੀ ਇਹ ਟੋਲ ਪਲਾਜ਼ੇ ਦੇ ਉੱਤੇ। ਕਹਿੰਦੇ ਜੀ ਸਾਡੇ 'ਤੇ ਇਹਨਾਂ ਨੇ ਟਰਾਲੀਆਂ, ਟਰੈਕਟਰ, ਪਿਕਅੱਪ, ਘੜੁੱਕੇ ਇਹੋ ਜਿਹਾ ਕੁਝ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਬੱਸਾਂ ਭੰਨੀਆਂ। ਇਹ ਇਸ ਲਈ ਕਹਿੰਦੇ ਜੀ ਪੁਲਿਸੀਆਂ ਨੂੰ ਨੁਕਸਾਨ ਵੀ ਪਹੁੰਚਿਆ, ਜ਼ਖਮੀ ਵੀ ਹੋਏ। ਸੋ ਇਸ ਲਈ ਕਹਿੰਦੇ ਭਾਨਾ ਸਿੱਧੂ ਦੇ ਬਾਪੂ ਦੇ ਉੱਤੇ ਬਿੱਕਰ ਸਿੰਘ 'ਤੇ ਪਰਚਾ ਦਰਜ, ਉਹਨਾਂ ਦੇ ਭਰਾ ਅਮਨਾ ਸਿੰਘ ਦੇ ਉੱਤੇ, ਭੈਣ ਸੁਖਪਾਲ ਕੌਰ, ਭੈਣ ਕਿਰਨਪਾਲ ਕੌਰ, ਸਰਬਜੀਤ ਸਿੰਘ ਸਰਪੰਚ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ, ਹੈਂ, ਇਸੇ ਤਰ੍ਹਾਂ ਲੱਖਾਂ ਸਧਾਣਾ ਅਤੇ ਹੋਰ ਕੁਝ ਅਣਪਛਾਤਿਆਂ ਦੇ ਉੱਤੇ ਕਹਿੰਦੇ ਜੀ ਪਰਚਾ ਦਰਜ ਕਰ ਲਿਆ, ਅਤੇ ਇਹ ਗ੍ਰਿਫਤਾਰੀ ਦੀ ਤਲਵਾਰ ਲਟਕੀ। ਸੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜੀ ਸਾਡੀ ਸਹਿਮਤੀ ਹੋ ਗਈ, ਪ੍ਰਸ਼ਾਸਨ ਕਹਿ ਰਿਹਾ ਸਾਡੀ ਸਹਿਮਤੀ ਹੋ ਗਈ, ਸੰਘਰਸ਼ ਕਰ ਰਹੀ ਧਿਰ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਲੜ ਰਹੀ ਧਿਰ ਕਹਿ ਰਹੀ ਆ ਕਿ ਸਾਡੀ ਸਹਿਮਤੀ ਹੋ ਗਈ, ਭਾਨਾ ਸਿੱਧੂ 10 ਤਰੀਕ ਨੂੰ ਰਿਹਾਅ ਹੋ ਰਿਹਾ। ਉੱਧਰ ਦੂਜੇ ਪਾਸੇ ਨਵਿਆਂ ਦੀ ਗ੍ਰਿਫਤਾਰੀ ਦੀ ਤਿਆਰੀ ਹੋ ਗਈ। ਕੀ ਸਰਕਾਰ ਮਾਮਲਾ ਨਿਬੇੜਨਾ ਚਾਹੁੰਦੀ ਹੈ ਕਿ ਵਧਾਉਣਾ ਚਾਹੁੰਦੀ ਹੈ? ਇੱਧਰ ਸੰਘਰਸ਼ਮਈ ਧਿਰ ਦੇ ਹਵਾਲੇ ਨਾਲ, ਭਾਨਾ ਸਿੱਧੂ ਦੇ ਪਰਿਵਾਰ ਦੇ ਹਵਾਲੇ ਨਾਲ ਕਹਿੰਦੇ ਜੀ ਆਹ ਨਵੇਂ ਤਰੀਕੇ ਦੇਖ ਰਹੇ ਹਾਂ। ਭਾਨਾ ਸਿੱਧੂ ਹੋਰਾਂ ਦੀ ਭੈਣ ਕਿਰਨਪਾਲ ਕੌਰ ਬਕਾਇਦਾ ਤੌਰ 'ਤੇ ਮੁੱਖ ਅਧਿਆਪਕਾ ਦੀ ਭੂਮਿਕਾ ਨਿਭਾਉਂਦੇ ਨੇ ਜੀ। ਉਹ ਪਿੰਡ ਕੁੱਬਾ ਦੇ ਸਕੂਲ ਦੇ ਵਿੱਚ ਮੁੱਖ ਅਧਿਆਪਕਾ ਨੇ, ਅਤੇ ਉਹ ਕਹਿੰਦੇ ਜਿਸ ਦਿਨ ਦਾ ਕਾਂਡ ਦੱਸ ਰਹੇ ਨੇ, ਜਿਸ ਦਿਨ ਦੀ ਭੰਨ ਤੋੜ ਦੇ ਹਵਾਲੇ ਨਾਲ ਉਹਨਾਂ 'ਤੇ ਪਰਚਾ ਦਰਜ ਕਰਨੇ, ਉਸ ਦਿਨ ਉਹ ਆਪਣੇ ਸਕੂਲ 'ਚ ਪੜ੍ਹਾ ਰਹੇ ਸੀ, ਆਪਣੀ ਡਿਊਟੀ ਕਰ ਰਹੇ ਸੀ। ਦੂਸਰੀ ਭੈਣ ਉਹਨਾਂ ਦੀ ਕਹਿੰਦੇ ਜੀ ਕੋਟ ਦੁਨਾ ਦੇ ਵਿਖੇ ਸੁਖਪਾਲ ਕੌਰ ਆਪਣੇ ਘਰੇ ਸੀ ਉਸ ਸਮੇਂ। ਜਿਹੜਾ ਸਰਪੰਚ ਹੈ ਸਰਬਜੀਤ ਸਿੰਘ, ਹੈਂ, ਪੰਚ ਹੈ ਜਸਵੀਰ ਸਿੰਘ ਅਤੇ ਹੋਰ ਨੌਜਵਾਨ ਨੇ, ਉਹ ਕਹਿੰਦੇ ਜੀ 3 ਫਰਵਰੀ ਨੂੰ ਸਾਨੂੰ ਘਰੋਂ ਹੀ ਚੱਕ ਲਿਆ ਸੀ ਪੁਲਿਸ ਨੇ ਸਵੇਰੇ, ਅਤੇ ਰਾਤ ਨੂੰ 9 ਵਜੇ ਛੱਡਿਆ। 3 ਫਰਵਰੀ ਨੂੰ ਤੜਕੇ ਹੀ ਕਹਿੰਦੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਘਰੋਂ, ਅਤੇ ਰਾਤ ਨੂੰ 9 ਵਜੇ ਛੱਡਿਆ। ਫਿਰ ਸਾਡੇ ਦੇ ਉੱਤੇ ਪਰਚਾ ਭੰਨ ਤੋੜ ਦਾ ਕਿਵੇਂ ਹੋ ਗਿਆ ਜੀ? ਅਸੀਂ ਉਸ ਸਮੇਂ ਜਦੋਂ ਉੱਥੇ ਹਾਜ਼ਰੇ ਨਹੀਂ। ਸੋ ਹੁਣ ਇਹ ਪਹਿਲੂ ਵੀ ਸਾਹਮਣੇ ਆ ਰਿਹਾ। ਸੋ ਪਰ ਜੇਕਰ ਸਰਕਾਰ ਨੇ ਮਾਮਲੇ ਨਿਬੇੜਨੇ ਹੋਣ ਫਿਰ ਤਰੀਕਾ ਹੋਰ ਹੁੰਦਾ, ਜੇ ਵਧਾਉਣੇ, ਲਟਕਾਉਣੇ ਅਤੇ ਆਪਣੀ ਤਾਕਤ ਦਿਖਾਉਣੀ ਹੋ ਫਿਰ ਤਰੀਕਾ ਹੋਰ ਹੁੰਦਾ। ਸੋ ਜੇ ਭਾਨਾ ਸਿੱਧੂ ਦੀ ਰਿਹਾਈ ਹੋਈ ਨਹੀਂ ਪਰ ਨਵਿਆਂ ਦੀ ਗ੍ਰਿਫਤਾਰੀ ਦੀ ਤਿਆਰੀ ਹੋ ਗਈ, ਸੋ ਇਸ ਨੇ ਪੰਜਾਬ 'ਚ ਇੱਕ ਨਵੀਂ ਚਰਚਾ ਛੇੜੀ ਹੈ। ਅਤੇ ਜਦੋਂ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਉਹ ਪਹਿਲੂਆਂ 'ਤੇ ਅਸੀਂ ਖਬਰ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ।